ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਖੁਸ਼ ਹੋਵੋਗੇ ਜਾ ਰਹੇ ਹਾਂ ਜੀ ਅਸੀਂ ਕੀਰਤਨ ਅਤੇ ਅਮਨਜੋਤ ਸਿੰਘ ਕਿੱਥੇ ਜਾ ਰਹੇ ਹਾਂ ਆਪਾਂ ਜੱਬੋਵਾਲ ਜਾ ਰਹੇ ਹਾਂ ਜੱਬੋਵਾਲ ਗੁਰਦੁਆਰਾ ਨਾਨਕਸਰ ਜੱਬੋਵਾਲ ਜਾ ਰਹੇ ਹਾਂ ਜੀ ਇੱਥੋਂ ਦੀ ਹਾਂ ਇੱਥੋਂ ਦੀ ਲਗਭਗ ਪੌਣਾ ਘੰਟਾ ਜਾਂ ਇੱਕ ਘੰਟਾ ਲੈ ਕੇ ਚੱਲੋ ਅਤੇ ਪਹੁੰਚ ਜਾਵਾਂਗੇ ਜੀ ਅਤੇ ਸਤਿਗੁਰਾਂ ਦੇ ਗੁਣ ਗਾਇਨ ਕਰਾਂਗੇ ਜੀ ਚੱਲੀਏ ਅੱਜ ਪੂਰਾ ਇੱਕ ਲਾਈਨ 'ਚ ਬੈਠਾ ਕਿਉਂਕਿ ਸਾਡੇ ਨਾਲ ਪਿਤਾ ਜੀ ਬੈਠੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿਤਾ ਜੀ ਸਾਡੇ ਨਾਲ ਜਾ ਰਹੇ ਆ ਹਾਂ ਫੋਟੋ ਖਿੱਚ ਦਿੰਦੇ ਹਾਂ ਮਹਾਰਾਜ ਅਤੇ ਐਜ਼ ਆਲਵੇਜ਼ ਅਮਰਜੀਤ ਭਾਜੀ ਅੱਜ ਭਾਜੀ ਕਮਾਲ ਹੋਏ ਪਹਿਲੇ ਅਤੇ ਚਲੋ ਜੀ ਚੱਲਦੇ ਹਾਂ ਬਾਕੀ ਅਪਡੇਟਾਂ ਤੁਹਾਨੂੰ ਭਾਜੀ ਆਪਾਂ ਭਲਾਥ ਵਾਲੀ ਸਾਈਡ ਤਾਂ ਨਹੀਂ ਆ ਗਏ ਉੱਧਰ ਹੀ ਲੱਗ ਰਿਹਾ ਨਾ ਭਲਾਥ ਹੀ ਲੱਗ ਰਿਹਾ ਕਿਉਂਕਿ ਇਹ ਰੋਡ ਮੈਂ ਦੇਖੀ ਦੇਖੀ ਲੱਗਦੀ ਹੈ ਹਟ ਜਾਓ ਜਨਾਬ ਹਟ ਜਾਓ ਹਟ ਜਾਓ ਧੰਨਵਾਦ 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 ਹੁਣ ਦਾ ਕੀਰਤਨ ਕਰਕੇ ਅਸੀਂ ਸ਼ਾਮ ਦਾ ਕੀਰਤਨ ਫਿਰ ਦੁਬਾਰਾ ਜਾਣਾ ਕਿਤੇ ਉਹ ਜਾਣਾ ਜੀ ਆਪਾਂ ਇਹ ਵੀ ਨਹੀਂ ਮੈਨੂੰ ਪਤਾ ਅਮਨਜੋਤ ਸਿੰਘ ਦੱਸਣਗੇ ਪਿੰਡ ਕੋਟਲੀ ਢੋਲੇ ਸ਼ਾਹ ਓਕੇ ਇਹ ਪੈਂਦਾ ਕਿੱਥੇ ਹੈ ਇਹ ਮੈਥੇ ਤੋਂ ਥੋੜ੍ਹਾ ਜਿਹਾ ਉੱਧਰ ਨੂੰ ਕੱਥੂ ਨੰਗਲ ਦੇ ਲੱਗੇ ਅੱਛਾ ਸੋ ਸ਼ਾਮ ਦਾ ਕੀਰਤਨ ਉੱਥੇ ਹੈ ਜੀ ਅਤੇ ਇੱਥੋਂ ਕੀਰਤਨ ਕਰਕੇ ਪਹਿਲਾਂ ਜਾਵਾਂਗੇ ਘਰੇ ਫਿਰ ਦੋ ਕੁ ਘੰਟੇ ਰੈਸਟ ਸ਼ਾਇਦ ਮਿਲ ਜਾਵੇ ਰੈਸਟ ਤਾਂ ਨਹੀਂ ਕਰਨੀ ਉੱਦਾਂ ਦੋ ਘੰਟੇ ਦਾ ਐਕਸੈਸ ਮਿਲ ਜਾਵੇਗਾ ਅਤੇ ਫਿਰ ਆਪਾਂ ਜਾਵਾਂਗੇ ਅੱਗੇ ਗੁਰਦੁਆਰਾ ਸਾਹਿਬ ਦਿਖਾਉਣਾ ਤੁਹਾਨੂੰ ਹਾਂ 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 ਕਿਆ ਖੂਬਸੂਰਤ ਗੁਰਦੁਆਰਾ ਸਾਹਿਬ ਬਣਾਇਆ ਇੱਥੇ ਆਏ ਹੋਏ ਹਾਂ ਅਸੀਂ ਪਹਿਲਾਂ ਵੀ ਬਹੁਤ ਪਿਆਰਾ ਆ ਕੁਛ ਸੀਗਾ ਇਹ ਲੰਘ ਰਹੇ ਹਾਂ ਜੀ ਭਲਾ ਲੋ ਜੀ ਮੇਲਾ ਪੂਰਾ ਲੱਗਾ ਹੋਇਆ ਜੀ ਬਾਹਰ ਖੱਬੇ ਇਹ ਪਿੰਡਾਂ ਦੀ ਖੂਬਸੂਰਤੀ ਹੈ ਸੰਤ ਸਾਡਾ ਬੜਾ ਲੋਕਾਂ ਨਾਲ ਤੁਸੀਂ ਗੱਲ ਕਰਕੇ ਵੇਖ ਲਓ ਕੋਈ ਭਜਨ ਬਣ ਕੇ ਸਿਮਰ ਨਹੀਂ ਲੱਗਾ ਬਾਬਾ 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 ਬਾਬਾ
ਅਸੀਂ ਜੀ ਕੀਰਤਨ ਦੀ ਸਮਾਪਤੀ ਹੋ ਗਈ ਹੈ ਤੇ ਅਸੀਂ ਜਾ ਰਹੇ ਹਾਂ ਜੀ ਹੁਣ ਵਾਪਸ ਜਲੰਧਰ ਇੱਧਰ ਤਾਂ ਨਹੀਂ ਮੁੜਨਾ ਤੇ ਜੀ ਜਾ ਰਹੇ ਹਾਂ ਜੀ ਹੁਣ ਜਲੰਧਰ ਤੇ ਸ਼ਾਮ ਨੂੰ ਫਿਰ ਅਸੀਂ ਨਿਕਲਾਂਗੇ ਦੋ ਘੰਟੇ ਡੇਢ ਘੰਟੇ ਬਾਅਦ ਨਾ ਬਸ ਸਾਢੇ ਪੰਜ ਛੇ ਵਜੇ ਦੇ ਕਰੀਬ ਕਰੀਬ ਨਿਕਲ ਪੈਣਾ ਸਾਢੇ ਪੰਜ ਛੇ ਵਜੇ ਦੇ ਕਰੀਬ ਨਿਕਲ ਜਾਵਾਂਗੇ ਜੀ ਤੇ ਹੁਣ ਚੱਲਦੇ ਹਾਂ ਜੀ ਵਾਪਸੀ ਲੰਗਰ ਪਾਣੀ ਛਕ ਲਿਆ ਭਾਜੀ ਤੁਸੀਂ ਛਕ ਲਿਆ ਮੈਂ ਛਕ ਲਿਆ ਭਾਜੀ ਲੰਗਰ ਕੇ ਚਾਹ ਚਾਹ ਵੀ ਤੇ ਲੰਗਰ ਵੀ ਅੱਛਾ ਚਾਹ ਕਿੱਦਾਂ ਦੀ ਬਣੀ ਸੀ ਚਾਹ ਬਾੜੀ ਖਤਰਨਾਕ ਸੀ ਬਾੜੀ ਖਤਰਨਾਕ ਸੀ ਮਤਲਬ ਮਿੱਠਾ ਤੇਜ਼ ਬਹੁਤ ਵਧੀਆ ਨਜ਼ਾਰਾ ਭਾਜੀ ਨੂੰ ਚਾਹੀਦਾ ਮਿੱਠਾ ਤੇਜ਼ ਤੇ ਚਾਹ ਕੜਕ ਤੇ ਫਿਰ ਗੱਲ ਬਣਦੀ ਹੈ ਇਹਨਾਂ ਕੋਲ ਗੱਡੀ ਫਿਰ ਚੱਲਦੀ ਹੈ ਦੁੱਧ ਤੇਜ਼ ਪਾਣੀ ਦਾ ਪਰਹੇਜ ਵਾਹ ਵਾਹ ਤੇ ਮਿੱਠਾ ਤੇਜ਼ ਵਾਹ ਫਿਰ ਭਾਜੀ ਕੋ ਗੱਡੀ ਚਲਾ ਲਓ ਭਾਵੇਂ 500 ਕਿਲੋਮੀਟਰ ਜਿੱਥੇ ਮਰਜ਼ੀ ਭਿਜਵਾਓ ਚਲੋ ਜੀ ਇਹ ਜ਼ਰੂਰੀ ਹੁੰਦਾ ਜੀ ਤੇ ਡਰਾਈਵਰ ਸਾਹਿਬ ਸਾਡੇ ਪੂਰੇ ਕਾਇਮ ਰਹਿਣੇ ਚਾਹੀਦੇ ਆ ਫਿਰ ਗੱਲ ਬਣਦੀ ਹੈ ਇਹਦਾ ਹੱਲ ਨਿਕਲਣਾ ਚਾਹੀਦਾ ਕੋਈ ਨਾ ਕੋਈ ਨਾ ਕੈਮਰਾ ਸਾਫ ਨਹੀਂ ਕੀਤਾ ਸਿਮਰਨ ਦੇ ਕੈਮਰੇ ਤੋਂ ਬਣਾਉਂਦੇ ਆ ਕਈ ਵਾਰ ਨਾ ਸ਼ੀਸ਼ਾ ਨਹੀਂ ਭਰਾਵਾ ਆਹ ਲਾ ਚਲੋ ਜੀ ਤੇ ਅਸੀਂ ਰਾਹ 'ਚ ਵਲੌਗ ਨਹੀਂ ਬਣਾ ਪਾਏ ਚਲੋ ਕੋਈ ਗੱਲ ਨਹੀਂ ਪਾਠ ਕਰ ਰਹੇ ਸੀਗੇ ਤੇ ਹੁਣ ਅਸੀਂ ਪਹੁੰਚ ਚੱਲੇ ਹਾਂ ਜੀ 15 ਮਿੰਟ ਦੇ ਅੰਦਰ ਕਿੱਥੇ ਕੱਥੂ ਨੰਗਲ ਦੇ ਕੋਲ ਪਿੰਡ ਕੋਟਲੀ ਹੈ ਸੋ ਮਹਾਰਾਜ ਕਿਰਪਾ ਕਰਨ ਪਹੁੰਚਦੇ ਹਾਂ ਜੀ ਜਲਦੀ ਜਲਦੀ ਟਾਈਮ ਪੂਰਾ ਪੂਰਾ ਹੀ ਹੈ ਸਾਡੇ ਕੋਲੋਂ ਤੇ ਪਹੁੰਚ ਕੇ ਆਪਾਂ ਕੀਰਤਨ ਕਰਦੇ ਹਾਂ ਜੀ ਰਾਈਟ ਇੱਥੋਂ ਦੇ ਨਾ ਸਿੱਧਾ ਕੂਣੀ ਮੋੜ ਆ ਭਾਜੀ ਪ੍ਰੋਗਰਾਮ ਨਹੀਂ ਲੱਭ ਰਿਹਾ ਸਾਨੂੰ ਮੇਰਾ ਤਾਂ ਫੋਨ ਹੀ ਜ਼ੂਮ ਨਹੀਂ ਕਰ ਰਿਹਾ ਆਓ ਜ਼ੂਮ ਕਰ ਰਿਹਾ ਫੋਕਸ ਇੱਥੋਂ ਦੀ ਭਾਜੀ ਕੂਣੀ ਹੋ ਜਾਓ ਇੱਧਰ ਨੂੰ ਹੋ ਜਾਓ ਆ ਸਾਹਮਣੇ ਲੋਕੇਸ਼ਨ ਆ ਗਈ ਹੈ ਵੈਸੇ ਤਾਂ ਸਿੱਧਾ ਹੀ ਪਰ ਕਿਤੇ ਨਜ਼ਰ ਨਹੀਂ ਆ ਰਹੀ ਸਾਨੂੰ ਲੋਕੇਸ਼ਨ ਅੱਗੇ ਜਾ ਕੇ ਗਿਫਟ ਪੈਕ ਕੇ ਨਿਕਲਦਾ ਦੇਖਦੇ ਇੱਕ ਮਿੰਟ ਯਾਰ ਸੱਚੀ ਆ ਹੀ ਨਹੀਂ ਰਹੀ ਲੋਕੇਸ਼ਨ ਇਹ ਲੋਕੇਸ਼ਨ ਤੇ ਸਾਹਮਣੇ ਆ ਗਈ ਹੈ ਪਰ ਅਜੇ ਤੱਕ ਤਾਂ ਨਹੀਂ ਰਹੀ ਹੈ ਕਿਤੇ ਲੋਕੇਸ਼ਨ ਤਾਂ ਨਹੀਂ ਗਲਤ ਆ ਗਈ ਹਲਚਲ ਕਿਤੇ ਨਜ਼ਰ ਨਹੀਂ ਆ ਰਹੀ ਨਹੀਂ ਨਹੀਂ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਉਹ ਆ ਲਾਈਟਾਂ ਨਜ਼ਰ ਆਈਆਂ ਲਾਈਟਾਂ ਆ ਗਈਆਂ ਨਜ਼ਰ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਉਤਰ ਜਾ
अंत ना जापे कीताकार, अंत ना जापे पारावा, अंत ना जापे पारावा, अंत ना जापे कीताकार, अंत ना जापे पारावा, अंत ना जापे पारावा, अंत कारण के फाटक बंद है ते पाजी निकल गए ने गड्डियों बाहर। 10:26 हो गए ने ते बंदा ना बंदे दी जात ये उदा गल बनी हुई है। बंदा ना बंदे दी जात आप सुनते होंगे सी बचपन गए इधर आ जाओ गड्डी एनू ना आ जाओ फाटक तो सॉरी लाइट है नहीं सात सिंह जी आ रही है ट्रेन ट्रून लगता राजी भाजी वो देखो मींडाली ट्रेन सी जी मींडाली ट्रेन फाटक लगता है कि ट्रेन सीधी जाए कि सड़क आले पासे नूं वाह वाह साध संगत जी बंदे जिहड़े ना बड़े काबिल ने साडे नाल समझो फाटक ता बंद हुंदा ट्रेन सड़क वाल ना आ जाए एह जे साथी ने मतलब जिन्ना तो ज्ञान मेनू लेना पैंदा ट्रैफिक रुकण दा सारे नूं पता है किसे नूं नहीं पता ये नहीं पता है ये तो मेनू भी नहीं मैं फिर भुल गया है कैसा सोचा भाजी वाह क्या बात है क्या बात है महाराज नमस्कार है चलो जी चलते हैं। हाँ जी भाजी तेल पाइए जी तेल मुक गया सात संगत जी बत्ती हो गई है पीली एक हरी भी नजर आ रही मैं मैं हरी किधरों हो गई कितने पिज्जा नहीं नहीं तो पिज्जा है ये तो बंद का पंप है गड्डी च तेल पाइए जी गनमैन की लोड़ है। अच्छा जी ले नहीं 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 हुण तां आ गए हो जी। हेलो जी साडे गुआंढी ने वाह जी वाह ये साडे फेवरेट भाजी है मिठे वाले मैनूं किसे ने मिलदा होए ते मिठा कह के मिलो भैन जी कहंदे जदों घरे आवांगे ते तुहानूं पानी नहीं पुछणा मिठा ही पुछणा मिठा लैइए क्या बात है वाह जी वाह होर महाराज ठीक हो। हां जी ओ अच्छा जी ओ वाह 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 बाहर हो गया